ਸਤਿ ਸ਼੍ਰੀ ਅਕਾਲ, ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਇੰਦਰਪ੍ਰੀਤ ਕੌਰ ਪੰਨੂ। ਏਸ਼ੀਅਨ ਖੇਡਾਂ ਦੇ ਵਿੱਚ ਭਾਰਤ ਦੀ ਕਾਰਗੁਜ਼ਾਰੀ ਕਾਫੀ ਵਧੀਆ ਰਹੀ ਹੈ। ਅਸੀਂ ਕਹਿ ਸਕਦੇ ਹਾਂ ਕਿ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਭਾਰਤ ਦਾ ਇਹਨਾਂ ਏਸ਼ੀਅਨ ਖੇਡਾਂ ਵਿੱਚ ਦੇਖਣ ਨੂੰ ਮਿਲਿਆ। ਏਸ਼ੀਅਨ ਖੇਡਾਂ ਵਿੱਚ ਭਾਰਤ ਨੇ 8ਵਾਂ ਸਥਾਨ ਹਾਸਲ ਕੀਤਾ। ਇਸ ਸਮੇਂ ਸਟੂਡੀਓ ਵਿੱਚ ਸਾਡੇ ਨਾਲ ਮੌਜੂਦ ਨੇ ਸੁਖਮੀਤ ਸਿੰਘ ਸਮਾਗ ਅਤੇ ਸਵਰਨ ਸਿੰਘ ਵਿਰਕ, ਜਿਨ੍ਹਾਂ ਨੇ ਏਸ਼ੀਅਨ ਖੇਡਾਂ ਦੇ ਵਿੱਚ ਰੋਇੰਗ ਮੁਕਾਬਲੇ ਵਿੱਚ ਭਾਰਤ ਦੇ ਲਈ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਔਰ ਸਵਾਗਤ ਕਰਦੇ ਉਹਨਾਂ ਦਾ। ਸਭ ਤੋਂ ਪਹਿਲਾਂ ਸੁਖਮੀਤ ਜੀ, ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੂੰਗੀ ਕਿ ਏਸ਼ੀਅਨ ਖੇਡਾਂ ਦੇ ਵਿੱਚ ਭਾਰਤ ਦੀ ਜਿਹੜੀ ਕਾਰਗੁਜ਼ਾਰੀ ਸੀ ਉਹ ਵੀ ਕਾਫੀ ਬਿਹਤਰੀਨ ਰਹੀ ਅਤੇ ਤੁਸੀਂ ਵੀ ਗੋਲਡ ਮੈਡਲ ਜਿੱਤਿਆ, ਇਸ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਕੋਚਿਸ ਦਾ, ਇੰਡੀਅਨ ਆਰਮੀ ਦਾ ਧੰਨਵਾਦ ਕਰਨਾ ਚਾਹੁੰਦਾ, ਜਿਨ੍ਹਾਂ ਦੇ ਬਦੌਲਤ ਸਾਨੂੰ ਇਹ ਮੌਕਾ ਮਿਲਿਆ ਖੇਡਣ ਦਾ। ਕਿਉਂਕਿ ਪਹਿਲਾਂ ਮੈਂ ਮਤਲਬ ਕੋਈ ਗੇਮ ਨਹੀਂ ਖੇਡੀ ਸੀ ਕਦੇ ਵੀ। 2015-14 ਦੇ ਵਿੱਚ ਮੈਂ ਭਰਤੀ ਹੋਇਆ ਸੀ, ਉਸ ਤੋਂ ਬਾਅਦ ਮੈਨੂੰ ਇਸ ਗੇਮ ਦਾ ਪਤਾ ਲੱਗਿਆ ਜੀ। 2014 ਦੇ ਵਿੱਚ ਭਰਤੀ ਹੋਣ ਤੋਂ ਬਾਅਦ ਮੈਂ BG ਸੈਂਟਰ ਰੁੜਕੀ ਵਿਖੇ ਰੋਇੰਗ ਗੇਮ ਨੂੰ ਚੁਣਿਆ। ਸਵਰਨ ਸਿੰਘ ਵਿਰਕ ਬਾਰੇ ਥੋੜ੍ਹਾ ਬਹੁਤ ਸੁਣਿਆ ਸੀਗਾ, ਉਹਨਾਂ ਕਰਕੇ ਪਤਾ ਸੀ ਗੇਮ ਰੋਇੰਗ ਗੇਮ ਕੀ ਚੀਜ਼ ਹੈ। ਉਸ ਤੋਂ ਬਾਅਦ 2016-17 ਦੇ ਵਿੱਚ ਮੈਂ ਨੈਸ਼ਨਲ ਖੇਡਿਆ ਸੀਗਾ, ਨੈਸ਼ਨਲ ਦੇ ਵਿੱਚ ਮੇਰਾ ਸਿਲਵਰ ਮੈਡਲ ਸੀ, ਉਸ ਕਰਕੇ ਮੈਨੂੰ ਆਪਣਾ ਇੰਡੀਆ ਕੈਂਪ ਦੇ ਵਿੱਚ ਸਿਲੈਕਸ਼ਨ ਹੋਈ। ਕੋਚਿਸ ਦੀ ਗਾਈਡਲਾਈਨ ਕਰਕੇ ਅਸੀਂ ਇਸ ਮੁਕਾਮ ਤੱਕ ਪਹੁੰਚੇ ਹਾਂ। ਬਹੁਤ ਬਹੁਤ ਧੰਨਵਾਦ ਜੀ। ਸਵਰਨ ਜੀ, ਜਿਹੜਾ ਤੁਹਾਡਾ ਗੋਲਡ ਮੈਡਲ ਤੱਕ ਦਾ ਸਫ਼ਰ ਸੀ ਉਹ ਜਿਹੜਾ ਕਾਫੀ ਮੁਸ਼ਕਲਾਂ ਵਾਲਾ ਰਿਹਾ, ਤੁਹਾਡੇ ਪਿੱਠ ਦੇ ਉੱਪਰ ਜਿਹੜੀ ਸੱਟ ਲੱਗੀ ਸੀ, ਉਸ ਤੋਂ ਬਾਅਦ ਇੱਕ ਵਾਪਸੀ ਕੀਤੀ ਅਤੇ ਵਾਪਸੀ ਵੀ ਅਜਿਹੀ ਕੀਤੀ ਕਿ ਗੋਲਡ ਮੈਡਲ ਦੇਸ਼ ਦੀ ਝੋਲੀ ਪਾਇਆ, ਮਤਲਬ ਇਹ ਸਟਰਗਲ ਸਾਰਾ ਜਿਹੜਾ ਸੀ ਉਸਦੇ ਉੱਪਰ ਤੁਸੀਂ ਕੀ ਕਹੋਗੇ? ਐਕਚੁਲੀ ਇਹ ਮੇਰਾ ਸਭ ਤੋਂ ਜ਼ਿਆਦਾ ਮੁਸ਼ਕਲ ਸਮਾਂ ਸੀਗਾ। 2014 ਦੇ ਵਿੱਚ ਮੇਰਾ ਬਰੌਂਜ ਮੈਡਲ ਸੀ ਜੀ, ਉਸ 'ਤੇ ਮੇਰਾ ਇੰਡੀਵਿਜੁਅਲ ਇਵੈਂਟ ਸੀਗਾ ਅਤੇ ਮੈਂ ਗੇਮ ਤੋਂ ਕਾਫੀ ਕਿਨਾਰਾ ਕਰ ਚੁੱਕਿਆ ਸੀ ਕਿਉਂਕਿ ਮੇਰੀ ਬੈਕ ਪ੍ਰੋਬਲਮ ਆ ਗਈ ਸੀ। ਅਤੇ ਕੋਚਸ ਨੇ ਮੈਨੂੰ ਇਹ ਸਲਾਹ ਦਿੱਤੀ ਸੀ ਪਹਿਲਾਂ ਕਿ ਸਭ ਤੋਂ ਪਹਿਲਾਂ ਆਪਣੀ ਹੈਲਥ, ਅਗਰ ਸਰੀਰ ਫਿੱਟ ਤਾਂ ਆਪਾਂ ਕੁਛ ਵੀ ਕਰ ਸਕਦੇ ਹਾਂ ਜੀ ਜੀ। ਤਾਂ ਮੈਂ ਗੇਮ ਤੋਂ ਕਾਫੀ ਕਿਨਾਰਾ ਕਰ ਚੁੱਕਿਆ ਸੀ, ਪਰ ਜਿਹੜੀ ਫੈਡਰੇਸ਼ਨ ਨੇ ਮੇਰਾ ਇੰਨਾ ਕੁ ਸਹਿਯੋਗ ਕੀਤਾ, ਮੇਰਾ ਇੰਨਾ ਕੁ ਸਾਥ ਦਿੱਤਾ ਕਿ ਮੈਨੂੰ ਕਹਿੰਦੇ ਕਿ ਅਗਰ ਤੂੰ ਫਿੱਟ ਨਹੀਂ ਹੋਇਆ, ਕਮ ਸੇ ਕਮ ਗੇਮ ਕਰਨੀ ਨਾ ਕਰਨੀ ਤੇਰੇ ਉੱਪਰ ਡਿਪੈਂਡ ਹੈ, ਬਟ ਤੂੰ ਇੱਕ ਆਪਣੇ ਆਪ ਨੂੰ ਫਿੱਟ ਹੋ ਜਾ। ਹਾਂਜੀ। ਤਾਂ ਉਹਨਾਂ ਨੇ ਮੈਨੂੰ ਚੇਨਈ ਵਿਖੇ ਭੇਜਿਆ ਜੀ, ਆਪਣੇ ਏਸ਼ੀਆ ਦਾ ਉੱਥੇ ਸਪੋਰਟਸ ਸਾਇੰਸ ਸੈਂਟਰ ਹੈ। ਹਾਂਜੀ। ਉਹਨੇ ਆਪਣੇ ਖਰਚੇ 'ਤੇ ਮੈਨੂੰ ਉੱਥੇ ਭੇਜਿਆ, ਮੈਂ 3 ਵਾਰ ਉੱਥੇ ਗਿਆ। ਤਾਂ ਉੱਥੇ ਜਿਹੜੇ ਡਾਕਟਰ ਕਹਿੰਦੇ ਸੀ ਕਿ ਇਹਦਾ ਓਪਰੇਟ ਨਾਲ ਇਹਦਾ ਇਲਾਜ ਹੈ, ਉੱਥੇ ਮੈਂ ਸਿਰਫ ਐਕਸਰਸਾਈਜ਼ਾਂ ਨਾਲ ਹੀ ਫਿੱਟ ਹੋਇਆ। ਉਸ ਤੋਂ ਬਾਅਦ ਮੈਂ 6 ਮਹੀਨੇ ਚੰਡੀਗੜ੍ਹ ਵੀ ਲਾਏ, ਇੱਥੇ ਵੀ ਰੋਇੰਗ ਦੇ ਕੁਛ ਬੱਚਿਆਂ ਨੂੰ ਸਿਖਾਉਂਦਾ ਰਿਹਾ ਔਰ ਖੁਦ, ਮਤਲਬ ਇਹਦੇ ਨਾਲ ਮੇਰਾ ਟੱਚ ਨਹੀਂ ਟੁੱਟਿਆ ਜੀ। ਜੀ ਬਿਲਕੁਲ, ਮਤਲਬ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਬੰਦੇ ਦੇ ਇਰਾਦੇ ਨੇਕ ਹੁੰਦੇ ਨਾ, ਕੋਈ ਵੀ ਜਿਹੜੀ ਮੁਸ਼ਕਿਲ ਹੁੰਦੀ ਆ ਵੱਡੇ ਤੋਂ ਵੱਡੀ ਉਹ ਵੀ ਛੋਟੀ ਲੱਗਦੀ ਆ ਜੀ ਜੀ। ਅਤੇ ਸੁਖਮੀਤ ਜੀ, ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੂੰਗੀ ਕਿ ਰੋਇੰਗ ਦੇ ਵਿੱਚ, ਜਿਹੜਾ ਰੋਇੰਗ ਦੇ ਵਿੱਚ ਤੁਸੀਂ ਆਏ, ਤੁਹਾਨੂੰ ਕਿਹਦੀ ਸਪੋਰਟ ਸੀ, ਪਰਿਵਾਰ ਦਾ ਜਿਹੜੀ ਸਹਾਇਤਾ ਸੀ ਉਹਨਾਂ ਦੀ ਕਿੰਨੀ ਕੁ ਸਪੋਰਟ ਤੁਹਾਡੀ ਲਾਈਫ 'ਚ ਰਹੀ, ਅਤੇ ਤੁਹਾਨੂੰ ਸਭ ਤੋਂ ਵੱਧ ਜਿਹੜਾ ਪ੍ਰੇਰਿਤ ਕਿਹਨੇ ਕੀਤਾ ਰੋਇੰਗ ਵਿੱਚ ਆਉਣ ਲਈ? ਰੋਇੰਗ ਦੇ ਵਿੱਚ ਮੈਂ ਪਹਿਲਾਂ ਨਾ ਮੇਰੇ ਪਰਿਵਾਰ ਨੂੰ ਪਤਾ ਸੀ ਨਾ ਹੀ ਮੈਨੂੰ ਪਤਾ ਸੀ ਕੀ ਗੇਮ ਹੈ, ਕਿਉਂਕਿ ਕਬੱਡੀ ਇੱਕ ਅਸੀਂ ਨਾਮ ਲੈਣਾ ਤਾਂ ਸਾਰੇ ਸਮਝ ਜਾਂਦੇ ਨੇ ਵੀ ਕੀ ਗੇਮ ਹੈ। ਜੇ ਰੋਇੰਗ ਬਾਰੇ ਅਸੀਂ ਬੋਲਦੇ ਹਾਂ ਤਾਂ ਮਤਲਬ ਨਹੀਂ ਪਤਾ ਲੱਗਦਾ ਕਿਹੜੀ ਗੇਮ ਹੈ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕਲੱਬ ਨਹੀਂ ਹੈਗੇ। ਜੇ ਜ਼ਿਆਦਾ ਕਲੱਬ ਹੋਣਗੇ ਤਾਂ ਬੱਚਿਆਂ ਨੂੰ ਜਾਂ ਜਿਹੜੀ ਜਨਰੇਸ਼ਨ ਉਹਨੂੰ ਪਤਾ ਲੱਗੂ ਵੀ ਰੋਇੰਗ ਕੀ ਚੀਜ਼ ਹੈ, ਤਾਂ ਇਸ ਕਰਕੇ ਥੋੜ੍ਹਾ ਨਹੀਂ ਪਤਾ ਸੀਗਾ। 2012 ਦੇ ਵਿੱਚ ਮੈਂ ਨਿਊਜ਼ ਪੜ੍ਹੀ ਸੀ ਅਖਬਾਰ ਦੇ ਵਿੱਚ, ਸਵਰਨ ਸਿੰਘ ਵਿਰਕ ਓਲੰਪਿਕ ਖੇਡ ਕੇ ਆਏ ਸੀਗੇ, ਉਸ ਟਾਈਮ ਮੈਨੂੰ ਇਹ ਨਹੀਂ ਪਤਾ ਸੀ ਵੀ ਰੋਇੰਗ ਕਿਵੇਂ ਜਾਂ ਕਿਵੇਂ ਕਰਨੀ ਹੈ, ਕੀ ਚੀਜ਼ ਹੈ। ਬਸ ਇਹ ਪਤਾ ਸੀ ਸਾਡੇ ਮਾਨਸਾ ਡਿਸਟ੍ਰਿਕਟ ਦਾ ਸਵਰਨ ਸਿੰਘ 2012 ਓਲੰਪਿਕ ਦੇ ਵਿੱਚ ਗਿਆ ਜੀ। ਉਸ ਤੋਂ ਬਾਅਦ 2014 ਦੇ ਵਿੱਚ ਮੈਂ ਭਰਤੀ ਹੋਇਆ। ਭਰਤੀ ਹੋਣ ਤੋਂ ਬਾਅਦ ਮੇਰਾ ਇੱਕ ਫਰੈਂਡ ਸੀਗਾ ਨਿਰਮਲ ਸਿੰਘ, ਉਹਨੇ ਬਾਏ ਚਾਂਸ ਮੇਰਾ ਮਤਲਬ ਨਾਮ ਲਿਖਵਾਤਾ ਸੀ ਰੋਇੰਗ ਦੇ ਵਿੱਚ। ਮੈਂ ਕਰਨੀ ਨਹੀਂ ਚਾਹੁੰਦਾ ਸੀਗਾ, ਕੋਈ ਉਹਦਾ ਮਤਲਬ ਅਲੱਗ ਇਸ਼ੂ ਆ ਕੇ ਮਤਲਬ ਕਦੇ ਕੀਤੀ ਨਹੀਂ ਸੀਗੇ ਜੀ। ਇੱਕ ਬੰਦਾ ਇੰਟਰਸਟ ਹੁੰਦਾ ਸ਼ੁਰੂ ਤੋਂ ਸਪੋਰਟਸ ਦੇ ਵਿੱਚ, ਮੈਂ ਸਪੋਰਟਸ ਨਹੀਂ ਕੀਤਾ ਤਾਂ ਇਸ ਕਰਕੇ ਮੈਂ ਕਰਨਾ ਵੀ ਨਹੀਂ ਚਾਹੁੰਦਾ ਸੀ, ਪਰ ਬਾਏ ਚਾਂਸ ਉਸਨੇ ਨਾਮ ਲਿਖਵਾ ਦਿੱਤਾ ਅਤੇ ਉਸ ਤੋਂ ਬਾਅਦ ਮੈਨੂੰ ਆਰਡਰ ਆਏ ਕਿ ਰੋਇੰਗ ਦੇ ਵਿੱਚ ਜਾਣਾ ਜੀ। ਫਿਰ ਥੋੜ੍ਹਾ ਥੋੜ੍ਹਾ ਇੰਟਰਸਟ ਮਤਲਬ ਵੱਧਦਾ ਗਿਆ ਕਿ ਜਿਵੇਂ ਉਹਨਾਂ ਨੇ ਨਾਮ ਕਮਾਇਆ ਸ਼ਾਇਦ ਕਾਸ਼ ਅਸੀਂ ਵੀ ਕਮਾ ਸਕੀਏ ਜੀ। ਹਾਂ, ਹੌਲੀ ਹੌਲੀ ਮਤਲਬ ਇੰਟਰਸਟ ਵੱਧਦਾ। ਅਤੇ ਸਵਰਨ ਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ, ਜਿਹਨੇ ਕਦੀ ਟੋਬੇ ਦੇ ਵਿੱਚ ਕਿਸ਼ਤੀ ਨਹੀਂ ਚਲਾਈ ਉਹ ਇੱਕ ਕਿਸ਼ਤੀ ਚਲਾਉਣ ਵਾਲਾ ਕਿਵੇਂ ਬਣ ਗਿਆ? ਇਹਦਾ ਜੀ ਮੇਰੀ ਰੁਚੀ ਸੀ ਬਚਪਨ ਤੋਂ ਕਿ ਮੈਂ ਫੌਜ ਦੇ ਵਿੱਚ ਜਾਵਾਂ। ਹਾਂਜੀ। ਅਤੇ ਫੌਜ ਨੇ ਮੈਨੂੰ ਇੱਕ ਚੰਗਾ ਪਲੇਟਫਾਰਮ ਦਿੱਤਾ ਇਸ ਖੇਡ ਲਈ ਜੀ। ਅਸਲ ਇੱਕ ਚੀਜ਼ ਜਿਵੇਂ ਇੱਦਾਂ ਇਹਨਾਂ ਦੀ ਕਹਾਣੀ ਦੇਖ ਲਈਏ ਜਾਂ ਮੇਰੀ ਕਹਾਣੀ ਦੇਖ ਲਈਏ, ਈਵਨ ਜਿੰਨੇ ਵੀ ਸਾਡੇ ਰੋਇੰਗ ਦੇ ਪਰਸਨ ਨੇ, ਇਹਨਾਂ ਨੂੰ ਬਾਏ ਆਰਡਰ ਭੇਜਿਆ ਜਾਂਦਾ ਗੇਮ ਦੇ ਵਿੱਚ, ਕਿਉਂਕਿ ਫੌਜ ਦੇ ਵਿੱਚ ਕੋਈ ਨਾ ਕੋਈ ਗੇਮ ਸਾਨੂੰ ਲੈਣੀ ਪੈਂਦੀ ਆ। ਇੱਥੇ ਅਸੀਂ ਨੋਰਮਲ ਵਾਲੀਬਾਲ ਵਗੈਰਾ ਜਾਂ ਕਬੱਡੀ ਵਗੈਰਾ ਖੇਡਦੇ ਹੁੰਦੇ ਸੀ, ਤਾਂ ਉਹਨਾਂ ਨੇ ਉੱਚ ਅਧਿਕਾਰੀਆਂ ਦੇ ਕਹਿਣ 'ਤੇ ਬਾਏ ਆਰਡਰ ਕੀ ਸੀ, ਜਿੱਦਾਂ ਸਾਨੂੰ ਆਰਡਰ ਮਿਲੇ ਕਿ ਤੁਸੀਂ ਇਹ ਖੇਡ ਵਿੱਚ ਜਾਣਾ ਗਾ। ਹਾਂਜੀ। ਤਾਂ ਅਸੀਂ 2009 ਦਾ ਟਾਈਮ, 2009 ਦੇ ਵਿੱਚ ਮੈਨੂੰ
ਇਸ ਖੇਡ ਨੂੰ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਸੀ ਜੀ। ਤੇ ਸਮੀਪ ਜੀ, ਜਦੋਂ ਮਤਲਬ ਏਸ਼ੀਅਨ ਖੇਡਾਂ ਦੇ ਵਿੱਚ ਜਾਣਾ ਸੀ, ਉਸ ਤੋਂ ਪਹਿਲਾਂ ਤੁਸੀਂ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਸੀ? ਕਿਉਂਕਿ ਇੱਕ ਥੋੜ੍ਹਾ ਇਹ ਵੀ ਹੁੰਦਾ ਨਾ ਕਿ ਜਦੋਂ ਕਿਸੇ ਖੇਡ ਵਿੱਚ ਜਾਣਾ, ਕਈ ਵਾਰ ਜਿਹੜਾ ਖਿਡਾਰੀ ਹੁੰਦਾ ਉਸਦੇ ਦਿਮਾਗ ਵਿੱਚ ਚੱਲਦਾ ਕਿ ਜੇ ਮੈਡਲ ਆਇਆ ਜਾਂ ਨਹੀਂ ਆਇਆ, ਉਹ ਵੀ ਚੀਜ਼ ਹੁੰਦੀ ਹੈ। ਅਤੇ ਉਸ ਤੋਂ ਬਾਅਦ ਤੁਸੀਂ ਕਿੰਨੀ ਕੁ ਤਿਆਰੀ ਕੀਤੀ ਸੀ ਅਤੇ ਕਿਹਨਾਂ ਖਾਸ ਗੱਲਾਂ ਦਾ ਧਿਆਨ ਰੱਖਿਆ ਸੀ? 9 ਜਨਵਰੀ 2018 ਤੋਂ ਸਾਡਾ ਇੰਡੀਆ ਕੈਂਪ ਸਟਾਰਟ ਹੋਇਆ ਸੀਗਾ ਜੀ। ਉਸ ਟਾਈਮ ਤੋਂ ਲੈ ਕੇ ਸਾਨੂੰ ਸ਼ੁਰੂ ਤੋਂ ਹੀ ਕੋਚਿਸ ਦੀ ਇਹ ਗਾਈਡਲਾਈਨ ਸੀ ਕਿ ਓਲੰਪਿਕ ਤੋਂ ਬਾਅਦ ਸੈਕਿੰਡ ਇਹ ਇੱਕ ਵੱਡਾ ਕੰਪੀਟੀਸ਼ਨ ਹੈ, ਏਸ਼ੀਅਨ ਗੇਮ, ਏਸ਼ੀਅਨ ਚੈਂਪੀਅਨਸ਼ਿਪ ਹਰ ਸਾਲ ਹੁੰਦੀ ਹੈ, ਉਹ ਇੱਕ ਅਲੱਗ ਚੀਜ਼ ਹੈ। ਤੁਸੀਂ ਖੁਸ਼ਕਿਸਮਤ ਤੋਂ ਤੁਹਾਨੂੰ ਮੌਕਾ ਮਿਲਿਆ, ਕਿਉਂਕਿ ਮੇਰਾ ਫਸਟ ਇੰਡੀਆ ਕੈਂਪ ਸੀ, ਮੈਂ ਪਿਛਲੇ ਸਾਲ ਨੈਸ਼ਨਲ ਖੇਡਿਆ ਸੀ। ਕਾਫੀ ਮਤਲਬ ਮੇਰੇ ਲਈ ਸੁਨਹਿਰੀ ਚਾਂਸ ਸੀ ਇੰਡੀਆ ਆਪਣੇ ਦੇਸ਼ ਦੇ ਨੂੰ ਰੀਪ੍ਰਜੈਂਟ ਕਰਨਾ ਜੀ। ਉਸ ਸਮੇਂ ਤੋਂ ਲੈ ਕੇ ਅਗਸਤ ਤੱਕ ਸਾਡਾ ਕੋਈ ਬ੍ਰੇਕ ਨਹੀਂ ਸੀਗਾ, ਕੋਈ ਕੰਟੀਨਿਊ ਮਤਲਬ ਅਸੀਂ ਪ੍ਰੈਕਟਿਸ ਕਰਦੇ ਰਹੇ ਜੀ। ਫੋਰਨ ਕੋਚ ਸੀ ਸਾਡੇ, ਉਹਨਾਂ ਨੇ ਸਾਨੂੰ ਪ੍ਰੈਕਟਿਸ ਕਰਵਾਈ। ਇਸਮੈਲ ਬੈਗ ਸਾਹਿਬ ਇੰਡੀਆ ਕੋਚ ਨੇ ਜੋ, ਹਾਂਜੀ, ਕਾਫੀ ਉਹਨਾਂ ਦਾ ਸਹਿਯੋਗ ਰਿਹਾ, ਅਤੇ ਜਿੰਨੇ ਵੀ ਸੀਨੀਅਰ ਪਲੇਅਰ ਸੀਗੇ, ਖਾਸ ਕਰ ਸਵਰਨ ਸਿੰਘ ਵਿਰਕ, ਉਹਨਾਂ ਤੋਂ ਗਾਈਡਲਾਈਨ ਲੈ ਕੇ ਕਿਵੇਂ ਕਰਨਾ ਕਿਵੇਂ। ਕਾਫੀ ਮਤਲਬ ਸ਼ੁਰੂ 'ਚ ਥੋੜ੍ਹਾ ਹਾਰਡ ਲੱਗਿਆ, ਕਿਉਂਕਿ ਪਹਿਲਾਂ 2 ਟਾਈਮ ਪ੍ਰੈਕਟਿਸ ਕਰਦੇ ਸੀ, ਉਸ ਤੋਂ ਬਾਅਦ ਦਿਨ ਦੇ ਵਿੱਚ 3 ਟਾਈਮ ਪ੍ਰੈਕਟਿਸ ਕਰਦੇ ਰਹੇ, ਪਰ ਹੌਲੀ ਹੌਲੀ ਜਿਵੇਂ ਬਾਡੀ ਉਸੀ ਹੈਬਿਟ ਬਣ ਗਈ ਅਤੇ ਵਧੀਆ। ਅਤੇ ਜਿੱਦਾਂ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਜਿਹੜੇ ਸੈਂਟਰ ਆ ਉਹ ਵੀ ਰੋਇੰਗ ਦੇ ਕਾਫੀ ਘੱਟ ਆ, ਕੋਚ ਜਿਹੜੇ ਨੇ ਉਹ ਵੀ ਕਾਫੀ ਘੱਟ ਨੇ, ਅਤੇ ਤੁਸੀਂ ਕੀ ਡਿਮਾਂਡ ਕਰਦੇ ਹੋ ਕਿ ਇਹਦੇ ਲਈ ਹੋਰ ਕੀ ਕੀਤਾ ਜਾਣਾ ਚਾਹੀਦਾ ਤਾਂ ਕਿ ਲੋਕ ਜਿਹੜੇ ਖਿਡਾਰੀ ਨੇ ਉਹ ਵੱਧ ਤੋਂ ਵੱਧ ਇਸ ਰੋਇੰਗ ਬਾਰੇ ਜਿਹੜੇ ਨਹੀਂ ਵੀ ਜਾਣਦੇ ਉਹ ਇਸ ਖੇਡ ਵਿੱਚ ਆਉਣ? ਅਗਰ ਆਪਾਂ ਆਲਓਵਰ ਗੱਲ ਕਰੀਏ ਕਿ ਚਾਈਨਾ ਅੱਜ ਕੱਲ੍ਹ ਟੌਪ 'ਤੇ ਚੱਲ ਰਿਹਾ ਜੀ, ਕਿਉਂਕਿ ਜਿੰਨੇ ਸਾਡੇ ਇੰਡੀਆ ਦੇ ਵਿੱਚ ਸਾਡੇ ਰੋਇੰਗ ਪਲੇਅਰ ਨੇ, ਉਨੇ ਉੱਧਰ ਉਹਨਾਂ ਦੇ ਰੋਇੰਗ ਸੈਂਟਰ ਨੇ, ਹਾਂਜੀ, ਤਾਂ ਇਹ ਗੱਲ ਕਿਤੇ ਨਾ ਕਿਤੇ ਜ਼ਰੂਰ ਫੀਲ ਹੁੰਦੀ ਹੈ ਕਿ ਇੱਕ ਇਹ ਵੀ ਮੈਟਰ ਹੋਇਆ ਕਿ ਇਸ ਵਾਰ ਸਾਡੀ ਰੋਇੰਗ ਨੂੰ ਕਿਤੇ ਲਾਈਵ ਦਿਖਾਇਆ ਵੀ ਨਹੀਂ ਗਿਆ ਜੀ, ਹਾਂਜੀ, ਤਾਂ ਅਸੀਂ ਤਾਂ ਆਪਣਾ ਪ੍ਰਦਰਸ਼ਨ ਉਨਾ ਹੀ ਕਰਨਾ, ਪਰ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਦੇ ਮਨ 'ਚ ਇਹ ਚੀਜ਼ ਜ਼ਰੂਰ ਜਾਂਦੀ ਹੈ ਵੀ ਇਹ ਵੀ ਕੋਈ ਖੇਡ ਹੈ, ਇਹ ਵੀ ਇੱਕ ਅਲੱਗ ਹੈ। ਆਪਣੇ ਪੰਜਾਬ ਦੇ ਵਿੱਚ ਇਹਦੇ ਸੈਂਟਰ ਹੈਗੇ ਨੇ, ਹੁਣ ਖੇਲੋ ਇੰਡੀਆ ਦੇ ਤਹਿਤ ਰੋਪੜ ਵਿਖੇ ਨਵਾਂ ਸੈਂਟਰ ਖੁੱਲਿਆਗਾ, ਹਾਂਜੀ, ਚੰਡੀਗੜ੍ਹ ਹੈਗੇ ਨੇ, ਪੰਜਾਬ ਕਲੱਬ ਹੈ, ਚੰਡੀਗੜ੍ਹ ਕਲੱਬ ਹੈ, CRPF ਦਾ ਕਲੱਬ ਹੈ, ਉਹ ਚੀਜ਼ ਦਾ ਪਤਾ ਹੈ। ਜਦੋਂ ਮੈਂ ਖੁਦ 2012 ਦੇ ਵਿੱਚ ਓਲੰਪਿਕ ਖੇਡ ਕੇ ਆਇਆ ਸੀ, ਮੈਂ ਪਹਿਲੀ ਵਾਰੀ ਓਲੰਪਿਕ ਖੇਡਣ ਤੋਂ ਬਾਅਦ ਪਹਿਲੀ ਵਾਰੀ ਚੰਡੀਗੜ੍ਹ ਗਿਆ ਸੀ ਜੀ, ਉਸ ਤੋਂ ਪਹਿਲਾਂ ਮੈਂ ਚੰਡੀਗੜ੍ਹ ਨਹੀਂ ਗਿਆ ਸੀਗਾ। ਤਾਂ ਸਾਨੂੰ ਪਿੰਡੂ ਲੋਕਾਂ ਨੂੰ ਚੀਜ਼ ਦਾ ਨਹੀਂ ਪਤਾ ਹੁੰਦਾ ਕਿ ਇਹ ਖੇਡ ਕਿਹੜੀ ਹੈਗੀ, ਤਾਂ ਸਾਡੇ ਨੇੜੇ ਬਠਿੰਡਾ ਝੀਲਾਂ ਹੈਗੀਆਂ ਨਹੀਂ, ਸਾਡੇ ਬਣਾ ਵਾਲੀ ਥਰਮਲ ਪਲਾਂਟ ਆ, ਉੱਥੇ ਵੀ ਇਹ ਚੀਜ਼ ਦੀ ਪ੍ਰੋਗਰੈਸ ਹੋ ਸਕਦੀ ਆ। ਅਤੇ ਜਿੰਨੇ ਇਹਦੇ ਸੈਂਟਰ ਹੋਣਗੇ ਸਕੂਲ ਲੈਵਲ ਤੋਂ, ਅਗਰ ਇਹ ਖੇਡ ਐਡ ਕੀਤੀ ਜਾਵੇ ਸਕੂਲ ਲੈਵਲ ਤੋਂ, ਕਿਉਂਕਿ ਜਿਹੜੇ ਮਸਲ ਨੇਗੇ ਬਚਪਨ ਦੇ ਵਿੱਚ, ਉਹ ਜਿਹੜੇ ਗਰੋਥ ਉਹਨਾਂ ਦੀ ਹੋਣੀ ਹੁੰਦੀ ਹੈਗੀ, ਉਹ ਬਚਪਨ ਦੇ ਵਿੱਚ ਹੋਣੀ ਹੁੰਦੀ ਹੈਗੀ, ਤਾਂ ਮੇਰੇ ਖਿਆਲ 'ਚ ਦਿਨ ਬੈਟਰ ਹੋ ਸਕਦਾ ਇਸ ਖੇਡ ਨੂੰ ਹੋਰ ਉੱਪਰ ਲੈ ਕੇ ਜਾਣ ਲਈ। ਜੀ ਬਿਲਕੁਲ। ਅਤੇ ਜਦੋਂ ਏਸ਼ੀਅਨ ਖੇਡਾਂ ਦੇ ਵਿੱਚ ਜਦੋਂ ਤੁਸੀਂ ਗੋਲਡ ਮੈਡਲ ਜਿੱਤ ਕੇ ਵਾਪਸ ਆਏ ਆ, ਤਾਂ ਸਾਰਿਆਂ ਦੀ ਕੀ ਜਿਹੜੀ ਪ੍ਰਤੀਕਿਰਿਆ ਸੀ, ਕਿਸ ਤਰ੍ਹਾਂ ਤੁਹਾਡਾ ਸਵਾਗਤ ਕੀਤਾ ਗਿਆ ਇੱਥੇ ਆਉਣ 'ਤੇ? ਹਾਂ, ਜਦੋਂ ਅਸੀਂ ਇੰਡੀਆ ਦੇ ਵਿੱਚ ਆਏ, ਅਸੀਂ ਬੰਬੇ ਏਅਰਪੋਰਟ 'ਤੇ ਉਤਰੇ ਸੀ, ਉੱਥੇ ਜਿਹੜੀ ਆਰਮੀ ਸੀ ਔਰ ਜਿਹੜੇ ਪ੍ਰਸ਼ੰਸਕ ਸੀ ਉੱਥੇ ਪਹੁੰਚੇ ਹੋਏ ਸੀ, ਬਹੁਤ ਜ਼ਿਆਦਾ ਖੁਸ਼ੀ ਹੋਈ ਸੀ। ਉਸ ਤੋਂ ਬਾਅਦ ਅਸੀਂ ਜਦੋਂ ਦਿੱਲੀ ਆਏ ਵਾਪਸ, ਸਾਡੀ ਡਿਊਟੀ ਖਤਮ ਹੋਈ ਆਰਮੀ 'ਤੇ, ਅਸੀਂ ਦਿੱਲੀ ਆਏ, ਦਿੱਲੀ ਵਿਖੇ ਸਾਨੂੰ ਰਾਜਵਰਧਨ ਰਾਠੌਰ ਜੀ ਜੋ ਸਪੋਰਟਸ ਮਿਨਿਸਟਰ ਨੇਗੇ, ਖੁਦ ਸਪੋਰਟਸ ਪਰਸਨ ਵੀ ਨੇ, ਸੋ ਉਹਨਾਂ ਵੱਲੋਂ ਸਾਨੂੰ ਕੈਸ਼ ਪ੍ਰਾਈਜ਼ ਵਗੈਰਾ ਡਿਸਟ੍ਰੀਬਿਊਸ਼ਨ ਹੋਇਆ, ਅਤੇ ਪਲੱਸ ਸਾਨੂੰ ਡਿਨਰ ਉਹਨਾਂ ਦੇ ਨਾਲ ਕਰਨ ਦਾ ਮੌਕਾ ਮਿਲਿਆ ਜੀ। ਉਸ ਤੋਂ ਬਾਅਦ ਅਗਲੇ ਦਿਨ ਸਾਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਕੋਲੋਂ ਕੁਛ ਵਿਚਾਰ ਸੁਣਨ ਨੂੰ ਮਿਲੇ ਔਰ ਨਾਲ ਉਹਨਾਂ ਨਾਲ ਬ੍ਰੇਕਫਾਸਟ ਕਰਨ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਜਦੋਂ ਅਸੀਂ ਪੰਜਾਬ ਦੇ ਵਿੱਚ ਆਏ, ਆਪਣੀ ਡਿਸਟ੍ਰਿਕਟ ਦੇ ਵਿੱਚ ਉਤਰੇ, ਤਾਂ ਉੱਥੇ ਜੋ ਇੱਕ ਇਕੱਠ ਸੀ ਠਾਠਾ ਮਾਰਦਾ, ਇਕੱਠ ਸਪੋਰਟਸ ਦਾ ਔਰ ਪ੍ਰਸ਼ਾਸਨ ਦਾ, ਪੋਲੀਟੀਸ਼ੀਅਨ ਦਾ, ਤਾਂ ਇੱਕ ਇੱਦਾਂ ਫੀਲ ਹੋ ਰਿਹਾ ਸੀ ਕਿ ਜਿਹੜਾ ਅਸੀਂ ਮੈਡਲ ਉੱਥੇ ਜਿੱਤਿਆ ਗਾ, ਅਤੇ ਉਨੀ ਖੁਸ਼ੀ ਸਾਨੂੰ ਇੱਦਾਂ ਹੋਇਆ ਸੀ ਮੈਡਲ ਅਸੀਂ ਅੱਜ ਜਿੱਤਿਆ ਗਾ ਜੀ। ਮਤਲਬ ਜਦੋਂ ਇੱਕ ਆਪਾਂ ਮੈਡਲ ਜਿੱਤ ਕੇ ਆਉਂਦੇ ਹਾਂ ਉਹ ਤਾਂ ਖੁਸ਼ੀ ਹੁੰਦੀ ਆ, ਪਰ ਜਿਹੜਾ ਪਿਆਰ ਸਾਨੂੰ, ਸਨਮਾਨ ਜਿਹੜਾ ਉਹ ਮਿਲਦਾ, ਉਹ ਜ਼ਿਆਦਾ ਸਾਨੂੰ ਖੁਸ਼ੀ ਦਿੰਦਾ। ਅਤੇ ਜੀ ਸੁਖਮੀਤ ਜੀ, ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਤੁਹਾਨੂੰ ਲੱਗਦਾ ਕਿ ਹਰਿਆਣਾ, ਜਿਹੜਾ ਹਰਿਆਣਾ ਹੈ ਸਾਡਾ ਗਵਾਂਢੀ ਸੂਬਾ, ਉੱਥੇ ਖਿਡਾਰੀਆਂ ਨੂੰ ਜਿਹੜਾ ਕਾਫੀ ਮਾਨ ਸਨਮਾਨ ਦਿੱਤਾ ਜਾਂਦਾ, ਉਹਨਾਂ ਨੂੰ ਸਰਕਾਰ ਵੱਲੋਂ ਸਹਾਇਤਾ ਵੀ ਦਿੱਤੀ ਜਾਂਦੀ ਹੈ ਪੂਰੀ ਤਰ੍ਹਾਂ, ਅਤੇ ਕੀ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ, ਜਿਹੜੇ ਪੰਜਾਬ ਦੇ ਖਿਡਾਰੀ ਨੇ, ਉਨੀ ਸਹਾਇਤਾ ਦਿੱਤੀ ਜਾਂਦੀ ਹੈ? ਜਿਹੜੀ ਪਿਛਲੀ ਪਾਲਿਸੀ ਦੇ ਅਗਰ ਆਧਾਰਿਤ ਅਸੀਂ ਦੇਖੀਏ ਤਾਂ ਬਹੁਤ ਜ਼ਿਆਦਾ ਮਤਲਬ ਘੱਟ ਹੈ ਜੀ। ਹੁਣ ਹਰਿਆਣੇ ਦੀ ਨਵੀਂ ਪਾਲਿਸੀ ਹੈ ਜੀ 3-2-1 ਦੀ ਹੈ, ਗੋਲਡ ਸਿਲਵਰ ਮੈਡਲ ਨੂੰ 3 ਕਰੋੜ 2 ਕਰੋੜ ਅਤੇ 1 ਕਰੋੜ। ਹਾਂਜੀ। ਅਤੇ ਸਾਡੀ ਪਾਲਿਸੀ ਹਲੇ ਮਤਲਬ ਉਸ ਬਾਰੇ ਕੋਈ ਵਿਚਾਰ ਨਹੀਂ ਹੋਇਆ, ਨਾ ਹੀ ਤਾਂ ਨਾ ਹੀ ਉਸਦਾ ਕੋਈ ਪਤਾ ਵੀ ਕਿੰਨਾ, ਜਾਂ ਪਿਛਲੀ ਪਾਲਿਸੀ 26-16-11 ਵਾਲੀ ਹੈ ਜੀ। ਇਸ ਚੀਜ਼ ਦਾ ਬਹੁਤ ਜ਼ਿਆਦਾ ਇਫੈਕਟ ਪੈਂਦਾ ਖੁਦ ਪਲੇਅਰਾਂ ਦੇ ਉੱਪਰ ਵੀ ਅਤੇ ਆਉਣ ਵਾਲੀ ਜਨਰੇਸ਼ਨ ਦੇ ਉੱਪਰ ਵੀ, ਕਿਉਂਕਿ ਜਿਹੜਾ ਨਿਊ ਜਨਰੇਸ਼ਨ ਜੋ ਦੇਖਦੀ ਹੈ, ਜੇ ਉਹਨਾਂ ਨੂੰ ਲੱਗਦਾ ਇਹ ਗੋਲਡ ਮੈਡਲ ਲੈ ਕੇ ਆਏ ਨੇ, ਇਹਨਾਂ ਦਾ ਕੁਛ ਨਹੀਂ ਬਣਿਆ ਅਤੇ ਸਾਡਾ ਕੀ ਬਣੂਗਾ, ਇਸ ਚੀਜ਼ ਦਾ ਬਹੁਤ ਜ਼ਿਆਦਾ ਇਫੈਕਟ ਪੈਂਦਾ ਨਿਊ
मान लो जे असीं चाहुंदे साडे बच्चे पढ़न तां उस लई वध तों वध स्कूल चाहीदे ने, उस तरह सानू जिवें स्पोर्ट्स दे विच अलग अलग जिवें फैसिलिटी जां दूसरियां सरकारां वल्लों मिलदी है, जे उस तरह दा सानू सहयोग मिले तां ज़्यादा बैटर हो जी। बिल्कुल, तो हूँ तक किन्ने मैडल जड़े ने ते किन्ने सम्मान ने थानू मिल चुके ने? मैं हूँ तक टोटल नैशनल और इंटरनेशनल 8 मैडल जीत चुके हैं, जिदे विचों मेरे नैशनल दे 2 सिल्वर और 1 गोल्ड आई, और एशिया दे विचों मेरे 3 गोल्ड और 2 ब्राउंज ने। एशियन गेम दे विचों मेरा 1 ब्राउंज, ते हुणे जो मैं 4 सालां बाद एशियन गेम खेडिया सी अगेन, मैनू एशियन गेम दे विच कम बैक करन दा मौका मिलिया जिहदे विच मैनू सफलता मिली जिहदा मेरा गोल्ड मैडल मिलिया उस तों बाद जी। मतलब एक सवाल जिहड़ा मैं तुहाडे दोनों तों पुछना चाहुंदी कि हर एक खिडारी दी जिहड़ी अपनी एक कहानी हुंदी है, कोई खिडारी बहुत ज़्यादा स्ट्रगल करन तों बाद अगे आया हुंदा, मतलब तुहाडी की जिहड़ी जिंदगी दी कहानी सी हुण तक, जिहड़ा पिछों तों लैके हुण तक दा जिहड़ा सफर सी जो तुसीं दसोंगे सानूं? अगर मैं साडे बचपन दे टाइम दी गल करां तां अगर मैं मेरे फादर साहब नाल गल शेयर करदा जी जां माता नाल शेयर करदा तां ओह रो पैंदे ने, क्योंकि उन्होंने बहुत मुश्किल दिन कढ़े होए ने। दुध वेच के अंडे वेच के असीं अपनी स्कूल दी फीस पूरी करदे रहे, माता कपड़े सींदी रही उस टाइम ते। उन्होंने हालातों चो निकलना साडा एक सुपना सी कि असीं फौज दे विच जाईए, उस टाइम तां साडा सुपना सी, पर बाद विच जदों घर दे हालातों दा पता लगा साडी मजबूरी बन गई जी, इक फौज इहो जिहा दर सानूं इस लई उठ सकदा गा। जो फौज दे विच गए तां सानूं इस खेड बारे जिद्दां पहलां सारा कुछ नहीं सी पता, जिद्दां इस खेड वल आए तां थोड़ा जिहा मन दे विच होया कि हाँ कि कुछ है जो सानूं, कोई प्लेटफॉर्म है जो सानूं सहार सकदा गा जी। तां घर दी आर्थिक हाल थोड़ी साडी ठीक उदों होई जदों मेरा ब्रदर पंजाब पुलिस दे विच सिलेक्ट होया जी, तां उस तों बाद थोड़ी जी आर्थिक हालत ठीक होई, थोड़ी जी इक किरण जागी, तां मेरे मन च वी आया कि इह जॉब लग गया हुण मैनूं वी ਭਜਨਟ ਕਰਨੀ ਚਾਹੀਦੀ ਹੈ। ਤਾਂ ਸੁਪਨਾ ਤਾਂ ਉਹੀ ਸੀਗਾ ਪਰ ਮਜ਼ਬੂਰੀ ਵੀ ਉਸ ਚੀਜ਼ ਦੀ ਬਣ ਗਈ। ਪਰ ਸਟਰਗਲ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਮੁਸ਼ਕਲ ਆਇਆ ਕਿ ਸਾਡੀ ਕਿਸਮਤ ਇੱਦਾਂ ਸਾਨੂੰ ਅੱਗੇ ਗੇਮ ਇੱਦਾਂ ਦੀ ਮਿਲ ਗਈ ਜੀ, ਜਿੰਨਾ ਸਟਰਗਲ ਸਾਡੀ ਖੇਡ ਦੇ ਵਿੱਚ ਹੁੰਦਾ, ਕਿਉਂਕਿ ਸੈਕਿੰਡ ਟਫ ਖੇਡ ਹੈ ਜੀ, ਸੈਕਿੰਡ ਨੰਬਰ ਦੀ ਟਫ ਖੇਡ ਹੈ ਜੀ ਵਰਲਡ ਦੇ ਵਿੱਚ। ਅਤੇ ਅਦਰ ਗੇਮਾਂ ਦੇ ਵਿੱਚ ਕੀ ਹੈ ਰਾਊਂਡ ਹੁੰਦੇ ਨੇ, ਪੂਲ ਹੁੰਦੇ ਨੇ, ਰੈਸਟ ਮਿਲ ਜਾਂਦੀ ਹੈ, ਸਾਡੀ ਗੇਮ ਦੇ ਵਿੱਚ ਇੱਕ ਵਾਰੀ ਸਟਾਰਟ ਹੋ ਗਿਆ ਫਿਨਿਸ਼ ਤੱਕ ਸਿਰਫ ਅਸੀਂ ਸਾਹ ਲੈ ਸਕਦੇ ਹਾਂਗੇ, ਇਸ ਤੋਂ ਇਲਾਵਾ ਕੁਛ ਨਹੀਂ ਕਰ ਸਕਦੇ। ਮਤਲਬ ਜਿਹੜਾ ਕਾਫੀ ਮਿਹਨਤ ਤੇ ਮਤਲਬ ਦਿਮਾਗ ਤੇ ਫਿਜ਼ੀਕਲੀ ਦੋਨਾਂ ਦੀ ਉਹ ਗੇਮ ਆ ਜੀ। ਇਹ ਜਿਹੜਾ ਸੇਮ ਸਵਾਲ ਹੈ ਉਹ ਮੈਂ ਤੁਹਾਡੇ ਤੋਂ ਵੀ ਜਾਣਨਾ ਚਾਹੂੰਗੀ ਕਿ ਤੁਸੀਂ ਕਿਹੜੇ ਮਤਲਬ ਤੁਹਾਡੇ ਜਿਹੜਾ ਲਾਈਫ ਦਾ ਸਟਰਗਲ ਸੀ ਉਹ ਕਿਸ ਤਰ੍ਹਾਂ ਦਾ ਸੀ? ਸਟਰਗਲ ਜੀ ਮਤਲਬ ਜੇ ਆਪਣੇ ਸ਼ੁਰੂ ਤੋਂ ਗੱਲ ਕਰਨੀ ਹੋਵੇ, ਜਦੋਂ ਮੈਂ 7ਵੀਂ 8ਵੀਂ ਕਲਾਸ ਦੇ ਵਿੱਚ ਪੜ੍ਹਦਾ ਹੁੰਦਾ ਸੀ ਹਾਂਜੀ, ਤੇ ਉਸ ਟਾਈਮ ਮਤਲਬ ਕੋਈ ਇੰਨਾ ਮੱਧ ਵਰਗੀ ਪਰਿਵਾਰ ਜਾਂ ਜ਼ਮੀਨ ਘੱਟ ਹੋਣ ਕਾਰਨ ਬਹੁਤ ਜ਼ਿਆਦਾ ਗੁਜ਼ਾਰਾ ਸੀ ਜਿਹੜਾ ਮੁਸ਼ਕਲ ਸੀਗਾ। ਗੇਮ ਦੇ ਵਿੱਚ ਆਉਣਾ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਇਸ ਲੈਵਲ ਤੱਕ ਪਹੁੰਚ ਜਾਂਗੇ ਜੀ ਜੀ ਜੀ। ਅਤੇ ਮਤਲਬ ਬਹੁਤ ਜ਼ਿਆਦਾ ਮੇਰੇ ਫਾਦਰ ਸਾਹਿਬ ਨੇ ਸਾਨੂੰ ਪੜ੍ਹਾਉਂਦੇ ਨੇ, ਹਾਲਾਂਕਿ ਉਹ ਖੁਦ ਨਹੀਂ ਪੜ੍ਹੇ ਪਰ ਉਹਨਾਂ ਨੂੰ ਇਹ ਚੀਜ਼ ਦਾ ਅਹਿਸਾਸ ਸੀਗਾ ਕਿ ਉਹਨਾਂ ਦੇ ਜੋ ਨਾਲ ਵਾਲੇ ਪੜ੍ਹੇ ਨੇ ਜਾਂ ਕਿਸੇ ਨੌਕਰੀ ਕਰਦੇ ਨੇ ਤਾਂ ਮੈਂ ਵੀ ਆਪਣੇ ਬੱਚਿਆਂ ਨੂੰ ਪੜ੍ਹਾ ਸਕਾਂ। ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਸਟਰਗਲ ਕੀਤਾ, ਕੰਮ ਕੀਤਾ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ। ਮੇਰੇ ਬ੍ਰਦਰ ਉਸ ਤੋਂ ਬਾਅਦ 2010 ਦੇ ਵਿੱਚ ਆਰਮੀ ਜੁਆਇਨ ਕੀਤੀ ਸੀ, ਉਹਨਾਂ ਨੇ ਭਰਤੀ ਹੋ ਗਏ। ਉਸ ਤੋਂ ਬਾਅਦ ਥੋੜ੍ਹਾ ਜਿਹੜੇ ਘਰ ਦੇ ਸੀ ਆਰਥਿਕ ਜਿਹੜੀ ਸਥਿਤੀ ਸੀ ਉਹ ਮਤਲਬ ਠੀਕ ਹੋ ਗਈ। ਓਕੇ, ਅਤੇ ਹੁਣ ਆਉਣ ਵਾਲੀਆਂ ਜਿਹੜੀਆਂ ਓਲੰਪਿਕ ਖੇਡਾਂ ਨੇ ਉਹਦੇ ਲਈ ਤੁਹਾਡੀ ਕੀ ਤਿਆਰੀ ਹੈ? ਅਸੀਂ ਗੱਲ ਕਰੀਏ ਕਿ ਜਿੱਦਾਂ ਮੈਂ ਨਾ ਕਾਫੀ ਕੰਮ ਬੈਕ ਕੀਤਾ ਗਾ, ਹੁਣ ਸਾਡਾ ਜਿਹੜਾ ਮੇਰਾ ਸਭ ਤੋਂ ਵਧੀਆ ਐਕਸਪੀਰੀਅੰਸ ਖੇਡਾਂ ਦੇ ਵਿੱਚ ਇਹ ਰਿਹਾ ਕਿ ਮੈਂ ਇਹਦੇ ਨਾਲ ਡਬਲ ਸਕਲ 'ਚ ਵੀ ਜਾਂਦਾ ਰਿਹਾ, ਕੁਆਟਰ ਪੋਲ 'ਚ ਵੀ ਜਾਂਦਾ, ਸਿੰਗਲ 'ਚ ਵੀ ਜਾਂਦਾ, ਜਿੱਥੇ ਮੈਂ ਜਾਂਦਾ ਸੀ ਮੈਂ ਆਪਣਾ ਬੈਸਟ ਕਰਦਾ ਸੀ। ਹਾਲਾਂਕਿ ਮੈਂ 2-2.5 ਮਹੀਨੇ ਪਹਿਲਾਂ ਮੈਨੂੰ ਉਹ ਟਾਈਫਾਇਡ ਹੋ ਗਿਆ ਸੀ ਜੀ ਜੀ ਜੀ, ਤਾਂ ਮੈਂ ਸਪੇਅਰ ਗਿਆ ਸੀ ਨਾਲ, ਤਾਂ ਕੋਚਸ ਨੂੰ ਇੱਕ ਭਰੋਸਾ ਆਇਆ ਮੇਰੇ 'ਤੇ ਕਿ 2.5 ਮਹੀਨਿਆਂ ਦੀ ਪ੍ਰੈਕਟਿਸ ਦੇ ਨਾਲ ਜਦੋਂ ਏਸ਼ੀਅਨ ਦੇ ਗੇਮ ਦੇ ਵਿੱਚ ਗੋਲਡ ਲੈ ਸਕਦੇ ਨੇ। ਹਾਲਾਂਕਿ ਸਾਡੀ ਇਹ ਬੋਟ ਦੇ ਵਿੱਚ ਕੋਈ ਪ੍ਰੈਕਟਿਸ ਨਹੀਂ, ਸਿਰਫ ਅਸੀਂ ਰੇਸ ਕਰਦੇ ਸੀ ਜੀ। ਆਉਣ ਵਾਲੇ ਸਾਡੇ ਜਿਹੜੇ ਟਾਰਗੇਟ ਨੇਗੇ, ਜੇ ਆਪਾਂ ਗੱਲ ਕਰੀਏ ਵਰਲਡ ਚੈਂਪੀਅਨਸ਼ਿਪ ਦੇ, ਸਾਨੂੰ 2020 ਹਾਂਜੀ ਟੋਕੀਓ ਦੇ ਲਈ ਸਾਨੂੰ ਟਿਕਟ ਕਟਾਉਣੀ ਪੈਣੀ ਹੈਗੀ ਉਹਦੇ ਲਈ, ਤਾਂ ਉਹਦੇ ਲਈ ਸਾਨੂੰ ਸਭ ਤੋਂ ਜ਼ਿਆਦਾ ਜੋ ਸਾਡਾ ਫੋਕਸ ਹੈ ਮੇਨ ਸਾਡੀ ਪ੍ਰੈਕਟਿਸ 'ਤੇ, ਹਾਂਜੀ ਉਹਦੇ ਉੱਪਰ ਸਾਡਾ ਮੇਨ ਫੋਕਸ ਹੈ। ਬਾਕੀ ਕੋਚਸ ਦੀ ਆਪਣੀ ਥਿੰਕ ਹੈ ਕਿ ਉਹਨਾਂ ਨੇ ਸਾਨੂੰ ਡਬਲ ਸਕਲ ਦੇ ਵਿੱਚ ਪਾਉਣਾ ਜਾਂ ਕੁਆਟਰ ਸੇਮ ਇਵੈਂਟ ਦੇ ਵਿੱਚ ਰੱਖਣਾ ਗਾ, ਤਾਂ ਮੇਨ ਸਾਡੀ ਜਿਹੜੀ ਤਿਆਰੀ ਹੈ ਉਹਦੇ ਜਿਹੜੇ ਕਾਮ ਡਾਊਨ ਸ਼ੁਰੂ ਹੋ ਗਿਆ, 600 ਕੁਛ ਦਿਨ ਬੱਚੇ ਨੇ ਸਾਡੇ ਲਈ ਹਾਂਜੀ ਓਲੰਪਿਕ ਦੇ ਵਿੱਚ ਜੀ। ਅਤੇ ਵਾਟਰ ਗੇਮਸ ਦਾ ਜਿਹੜਾ ਭਵਿੱਖ ਹੈ ਤੁਸੀਂ ਪੰਜਾਬ ਦੇ ਵਿੱਚ ਕਿੰਨਾ ਕੁ ਦੇਖਦੇ ਹੋ? ਜਿੱਦਾਂ ਹੁਣ ਸਾਨੂੰ ਇਸ ਖੇਡ ਦਾ ਨਹੀਂ ਪਤਾ ਸੀ, ਮੇਰੇ ਖਿਆਲ 'ਚ ਸਾਨੂੰ ਇਹ ਖੇਡ ਬਚਪਨ ਟਾਈਮ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਇਹ ਸਾਡੇ ਡਿਸਟ੍ਰਿਕਟ ਦੇ ਵਿੱਚ ਹੋਵੇ, ਹਰ ਇੱਕ ਡਿਸਟ੍ਰਿਕਟ ਦੇ ਵਿੱਚ ਇਹਦਾ ਕੋਈ ਨਾ ਕੋਈ ਇੱਕ ਕਲੱਬ ਹੋਵੇ, ਤਾਂ ਕਿ ਇੱਕ ਸੋਰਸ ਹੋਵੇ, ਪਤਾ ਲੱਗੇ ਵੀ ਇਹ ਵੀ ਕੋਈ ਖੇਡ ਇਹਦੇ ਵਿੱਚ ਵੀ ਕੋਈ ਬੱਚਾ ਅੱਗੇ ਜਾ ਸਕਦਾ ਗਾ। ਸਾਡਾ ਟੈਲੈਂਟ ਸੀ, ਸਾਨੂੰ ਪਲੇਟਫਾਰਮ ਮਿਲ ਗਿਆ, ਸਾਡਾ ਟੈਲੈਂਟ ਸੀ ਛਪ ਗਿਆ, ਕਈਆਂ ਦਾ ਛੁਪ ਰਿਹਾ ਗਾ, ਤਾਂ ਟੈਲੈਂਟ ਪਿੰਡਾਂ ਦੇ ਵਿੱਚ ਹੈਗਾ, ਉੱਥੋਂ ਨਿਖਾਰਨ ਦੀ ਜ਼ਰੂਰਤ ਹੈ। ਅਗਰ ਸਾਨੂੰ ਬਚਪਨ ਦੇ ਵਿੱਚ ਇਹ ਖੇਡ ਦੀ ਚਟਕ ਲੱਗੀ ਹੁੰਦੀ ਤਾਂ ਅੱਜ ਏਸ਼ੀਆ ਦੇ ਅੱਜ ਓਲੰਪਿਕ ਦਾ ਗੋਲਡ ਹੁੰਦਾ ਜੀ। ਜੀ ਬਿਲਕੁਲ, ਅਤੇ ਸਰਕਾਰ ਤੋਂ ਕੀ ਉਮੀਦ ਕਰਦੇ ਹੋ ਅਤੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ?
यही साड़िया दलीलों ने जो असी बोल रहे हैं कि हर एक खेत्र के अंदर हर एक खेड का प्लेटफॉर्म होना बहुत जरूरी है। हालांकि साड़ी सिख रेजिमेंट है मेरी वो रेजिमेंट के भी सा खेड का कोई प्लेटफॉर्म नहीं सी जी। फिर भी असं इतों तक पहुँच गए, स्ट्रगल करते, सानू साथ बहुत मिले जी। आप गल करिए कि एक न्यूज़ का बहुत व्डा हथ हों गा उसनू बहुत उपर तक लेके जाना जी। बिल्कुल, एक मीडिया जरिया हों लोगों तक जी थी गल पहुँचा जी। तो जी बिल्कुल सुखमीत जी, स्वर्ण जी, बहुत वधिया लगा थोड़े नाल गल करके। तो असं उम्मीद करते हैं कि आने वाली ओलंपिक खेडों के भी इस तरह भारत की जी बेहतरीन कारगुजारी सानू देखने को मिले तो भारत के जोड़े वध तो वध जे मैडल ने वो आन। सो इस हूँ मैनू इंदरप्रीत कौर पन्नू दियो इजाजत, तुम वेखते रहो अजीत वैब टीवी। धन्यवाद।